ਮੋਹਿਤ ਭਾਈ ਇੱਥੋਂ ਮੈਨੂੰ ਦੱਸ ਦਿਓ ਕਿ ਜੰਕਸ਼ਨ ਤੋਂ ਉਤਰਨਾ ਕਿ ਨਹੀਂ ਉਤਰਨਾ ਲੈ ਜੀ ਕਰਨਾ ਬਸ ਤੁਰੀ ਜਾਓ ਤੁਰ ਤਾਂ ਮੈਂ ਸਕਦਾ ਨਹੀਂ ਚਲਾਈ ਜਾਂਦਾ ਗੱਡੀ ਇਹ ਨਾ ਮੈਂ ਇੱਥੇ ਗੱਡੀ ਰੋਕ ਕੇ ਤਾਂ ਪੈਦਲ ਹੀ ਤੁਰ ਪਾਵਾਂ ਯੇ ਸਟੋਕ ਕਰ ਜੰਕਸ਼ਨ ਗਿਆ ਸਟੋਕ ਔਨ ਟ੍ਰੰਟ ਯੇ ਵਿਚਾਰੇ 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 ਮੋਹਿਤ ਭਾਈ ਵਾਪਸੀ ਦੀ ਦੁਆ ਕਰੋ ਅਸੀਂ ਟਾਈਮ ਘਾਟ ਕਾਰ ਪਹੁੰਚੀਏ ਕਿੰਨੇ ਵਜੇ ਪਹੁੰਚਣਾ ਵਾਪਸ ਉਹ ਤਾਂ ਆਪੇ ਡਿਪੈਂਡ ਕਰਤਾ ਉਦੋਂ ਅਸੀਂ ਕੱਬ ਆਏਗੇ ਜੀ ਮੈਂ ਤਾਂ ਕੋਸ਼ਿਸ਼ ਕਰੂੰਗਾ ਜਲਦੀ ਕਿਉਂਕਿ ਆਜ ਸ਼ਾਮ ਕੋ ਤੀਨ ਦਾਵਤ ਨਾਮ ਹੈ ਜ਼ਿੰਦਾਬਾਦ ਇੱਕ ਲਾਹੌਰੀ ਮੈਂ ਹਾਂ ਸਰ ਜੀ ਫਿਰ ਪ੍ਰੋਗਰਾਮ ਕੈਂਸਲ ਕਰ ਲੈਣਾ ਚਾਹੇ ਚਸਕਾ ਮੈਂ ਹਾਂ ਤੀਸਰਾ ਜੋ ਹੈ ਉਹ ਇੱਧਰ ਸਾਲਟ ਲੇਕ ਕੀ ਕਰੀਬ ਇੱਕ ਹਾਲ ਹੈ ਕੋਈ ਕੋਈ ਵੀ ਨਹੀਂ ਅਟੈਂਡ ਕਰ ਸਕਣਗੇ ਆਪ ਮੈਨੂੰ ਪਤਾ ਕੋਸ਼ਿਸ਼ ਤਾਂ ਮੇਰੀ ਪੂਰੀ ਹੈ ਕਿ ਇੱਕ ਅਟੈਂਡ ਕਰੋ ਇੱਕ ਵੀ ਨਹੀਂ ਲੇਟੇ ਸਾਰੇ 8-7-8 ਵਜੇ ਹੋ ਗਏ ਮੈਂ 9-10 ਵਜੇ ਨਹੀਂ ਵਾਪਸੀ ਮੈਂ ਕਰੇ 9 ਤੱਕ ਪਹੁੰਚ ਜਾਏ ਵਾਪਸ ਘਰ ਪਰ ਵੀ ਕੋਈ ਤੁਰੀ ਸੀ ਬਾਤ ਹੈ ਔਰ ਅਗਰ ਇਸੇ ਤਰ੍ਹਾਂ ਟ੍ਰੈਫਿਕ ਜੋ ਦੋ ਉਧਰ ਔਰ ਇੱਕ ਇਹ ਹੈ ਤਾਂ ਫਿਰ ਤਾਂ ਕੱਲ੍ਹ ਹੀ ਪਹੁੰਚਾਂਗੇ ਅਭੀ ਇਹ ਇੱਧਰ ਸੇ ਵਿਚਾਰੇ ਨਿਕਲੇਂਗੇ ਤਾਂ ਆਗੇ ਜਾ ਕੇ ਉਹ ਦੂਸਰੀ ਲਾਈਨ ਮੇਂ ਲੱਗ ਜਾਏਂਗੇ ਉਹਦੇ ਕੋਲ ਲੋਕਾਂ ਨੇ ਨਾ ਉਸ ਉੱਧਰ ਪਾਰਕਿੰਗ ਹੀ ਕਰ ਲਿਓ ਗੱਡੀਆਂ ਨਾ ਕਲੋਜ ਆ ਜਾਂ ਟ੍ਰੈਫਿਕ ਟੁੱਟੇਗੀ ਫੇਰ ਹੀ ਨਿਕਲਾਂਗੇ ਇੱਥੋਂ ਰਿਕਵਰੀ ਐਂਡ ਲਓ ਜੀ ਸਾਡਾ ਵੀ ਐਂਡ ਹੋ ਗਿਆ ਅਸੀਂ ਵੀ ਕੋਈ ਸਪੀਡ ਵਧਾਈਏ 70-80 ਤੇ ਜਾਈਏ ਕਿੱਥੇ ये तो पहली लाइन से भी लंबी लाइन है इनकी क्यों मोहन भाई वो जो 30 है वो देखो किधर ऊपर तो जहां तक नजर जा रही है आपको गाड़ियां स्टॉप भी नजर आ रही हैं ਵਾਪਸੀ ਦੇ ਪੈਟਰੋਲ ਫੁੱਲ ਕਰਵਾ ਕੇ ਨਿਕਲਣਾ ਉੱਥੇ ਜੋ ਹਾਲਾਤ ਲੱਗ ਰਹੇ ਨੇ ਨਾ ਜਾਂ ਫਿਰ ਅਗਲੀ ਗੱਡੀ ਨੂੰ 80 ਪਾ ਲਾਂਗੇ ਬੰਦਾ ਇਸ ਤੇ ਮਜ਼ਮੂਨ ਲਿਖੇ ਨਾਰਮਲ ਡੇ ਔਨ ਮੋਟਰ ਵੇ ਅੱਛਾ ਕਿੱਥੇ ਨਸਾਈ ਜਾਂਦਾ ਪਿਆ ਆਰਾਮ ਨਾਲ ਜਾ ਚਲਾਨ ਹੋ ਜਾਏ ਬਈ ਵਰਕਿੰਗ ਡੇਜ਼ ਮੈਂ ਕਿਹਾ ਹੁੰਦਾ ਹੋਵੇ ਇਹ ਤੋਂ ਆਪ ਨਹੀਂ ਉਹ ਵੀਕਐਂਡ ਵਾਲਾ ਕਨਸੈਪਟ ਨਹੀਂ ਚੱਕਰ ਨਹੀਂ ਇਸਮੇ ਉਦੋਂ ਐਕਸੀਡੈਂਟ ਹੋ ਗਿਆ ਨਾ ਉਹ ਛੋਟੀ ਜਿਹੀ ਗਾੜੀ ਆਪਣੇ ਦੇਖੀ ਹੈ ਨਾ ਇਹ ਵੀ ਛੋਟੀ ਗਾੜੀ ਹੈ ਤਾਂ ਦੂਸਰੀ ਤਾਂ ਸੋਚੀ ਵਹਾਂ ਪਰ ਲਾਰੀ ਥੀ ਅਤੇ ਉਸ ਇੱਕ ਗਾੜੀ ਕੀ ਵਜ੍ਹਾ ਸੇ ਪਾਕਿਸਤਾਨ ਹੁੰਦਾ ਨਾ ਪੁਲਿਸ ਵਾਲੇ ਨੇ ਆਕਰ ਨੂੰ ਦੋ ਚੰਡਾਂ ਮਾਰ ਨਹੀਂ ਦਿੱਤੇ ਤੂੰ ਖੁੱਲ੍ਹੀ ਡੁੱਲੀ ਜਗ੍ਹਾ ਤੈਨੂੰ ਬੰਨੀ ਨਹੀਂ ਨਜ਼ਰ ਆਈ ਤੂੰ ਉਹਦੇ 'ਚ ਮਾਰ ਕੇ ਖਲੋ ਗਈ ਤਾਂ ਮੁਸੀਬਤ ਲੋਕਾਂ ਨੂੰ ਪਾ ਦਿੱਤੀ ਆਪ ਉਹ ਦੂਸਰੀ ਸਾਈਡ ਸੇ ਗਾੜੀ ਰਿਵਰਸ ਆਏਗੀ ਤਾਂ ਉਸਕੋ ਉਠਾ ਕੇ ਰੈਸਕਿਊ ਕਰੇਂਗੇ ਵੋ ਜਿਹਦੇ ਸੇ ਤੋ ਗਾੜੀ ਜਾ ਨਹੀਂ ਸਕਤੀ ਆਪ ਉਸਕੋ ਰਿਕਵਰੀ ਕਰਕੇ ਲੈ ਗਏ ਉਹਨੂੰ ਚਲਾਏਂਗੇ ਨਹੀਂ ਆਪ ਗਾੜੀ ਕੋ ਉਸਕੋ ਹੁਆ ਤੋ ਕੁਛ ਵੀ ਨਹੀਂ ਬਸ ਹੁਆ ਕੁਛ ਨਹੀਂ ਉਹ ਮਾਈ ਕਹੇਗੀ ਮੈਂ ਮਰ ਗਈ ਮੈਨੂੰ ਚੱਕਰ ਆ ਗਿਆ ਮੈਂ ਜੋ ਗਿਆ ਉਸਕੋ ਕਹੇਗੇ ਨਾ ਬਾਕੀ ਉਹ ਕਹੇ ਬਾਕੀ ਦੁਨੀਆ ਬਾੜ ਮੇਂ ਜਾਏ ਮੈਂਚੈਸਟਰ 40 ਕਿਲੋਮੀਟਰ ਆ ਮੋਹਿਤ ਭਾਈ 40 T5 ਟ੍ਰਬਲ ਇਹ ਵਿਚਾਰੇ ਕਿਤਨੀ ਮਦਦ ਸੇ ਸਪੀਡੋਂ ਪੇ ਜਾ ਰਹੇ ਹੈ ਕੋਈ ਪਤਾ ਹੀ ਨਹੀਂ ਇਨਕੇ ਸਾਥ ਹੋਣਾ ਕਿ ਆਗੇ ਜਾ ਕੇ ਅਬ ਯੇ ਪਲੈਨਿੰਗ ਕਰ ਰਹੇ ਹੋਂਗੇ ਯਾਰ ਹਮਨੇ ਉਧਰ ਪਹੁੰਚਣਾ ਬਸ 2 ਘੰਟੇ ਮੈਂ ਹਮਨੇ ਪਹੁੰਚ ਜਾਣਾ ਹੈ ਇਹ ਨਹੀਂ ਪਤਾ ਕਿ 2 ਘੰਟੇ ਦਾ ਵੀ ਲਾਈਨ ਵਿੱਚ ਲੱਗਣਾ ਜਾ ਕੇ 2 ਘੰਟੇ ਤੋਂ ਇਧਰ ਹੀ ਲੱਗ ਜਾਂਦੇ ਇੱਕ ਇਹ ਵਾਲੀ ਲਾਈਨ ਔਰ ਇੱਕ ਅੱਗੇ ਵਾਲੀ ਲਾਈਨ ਸ਼ਾਮ ਨੂੰ ਰਾਤ ਕੀ ਪਹੁੰਚੇਗੇ ਵਿਚਾਰੇ ਜੀ ਚਲੋ
पाकिस्तान में वो बंदा भी सब हौसला ही नहीं होता यार, इधर लेफ्ट मारो आगे लेफ्ट मारो उधर से इधर इधर करके चले जाओ, ये तो पता है कि यार एक लाइन में जाना है आराम से, जरूरत नहीं है उधर उधर आने जाने की, ऐसी चलान वाला भी डर रहता है। वैसे वही है कि एंगल से ठीक भी है, सारे अपने जोन में अपनी डायमेंशन में कंफर्टेबल चल तो रहे हैं। जी जी लेकिन इन बेचारों का क्या कसूर है जो इधर है ये देखो। मेरा ख्याल है कि अब तो कुछ 10 माइल से ऊपर ही होगी होगी लाइन, 10 मिनट हो गया और वो एक्सीडेंट हमने देखा कितना सा था, सिंपल है गाड़ी जरा सी लगी उसको उठा के साइड पे कर दो, बाकी लोगों को तो घर जाने है। मेरी नजर में तो एक्सीडेंट एक्चुअली है ही, हाँ वो पाकिस्तान में तो ये रूटीन में होते रहते हैं, वो वजी किसी ने आगे कहना अन्नी हुई था नजर नहीं आता, चलो इधर कर लिया निकल जा, इधर उसने खड़ी कर लिया गाड़ी के नहीं जी और वजीर आजम साहब आए आके मुझे कुछ इमदाद दें, मेरी वो नेक इंजरी होगी, मेरी बैक इंजरी होगी, तो मेरा बच्चा घर में बैठा वो भी डर गया है, उसका हो गया उसको भी पैसे दें, चलो जी बस कर दो मोहित भाई खत्म हो गई, सच्ची खत्म कर दो ना, उन्होंने ट्रैफिक खत्म हो गई।